ਮੈਨੂੰ ਪਾਇਲੋਨਾਈਡਲ ਸਾਈਨਸ ਦੀ ਪ੍ਰੋਬਲਮ ਸੀਗੀ ਤਾਂ ਆਪਾਂ ਪਹਿਲਾਂ ਜਿੱਦਾਂ ਡਿਸਚਾਰਜ ਬਹੁਤ ਹੁੰਦਾ ਸੀਗਾ ਪੇਨ ਬਹੁਤ ਹੁੰਦੀ ਸੀ ਬੈਠਣ 'ਚ ਤਕਲੀਫ ਆਉਂਦੀ ਸੀਗੀ ਤਾਂ ਬਹੁਤ ਸਾਰੇ ਲੋਕਲ ਡਾਕਟਰਸ ਨੂੰ ਦਿਖਾਇਆ ਤਾਂ ਉਹਨਾਂ ਨੇ ਵੀ ਇਹੀ ਕਿਹਾ ਕਿ ਓਪਰੇਟ ਹੀ ਕਰਨਾ ਪੈਣਾ ਹੈ ਤਾਂ ਜਿਸ ਦਿਨ ਮੇਰਾ ਓਪਰੇਸ਼ਨ ਹੋਇਆ ਸੀ ਉਸੇ ਦਿਨ ਸ਼ਾਮ ਨੂੰ ਮੈਂ ਠੀਕ ਹੋ ਗਿਆ ਸੀ ਬਿਲਕੁਲ ਅਤੇ ਖਾਣ ਪੀਣ ਲੱਗ ਗਿਆ ਸੀ ਮੈਨੂੰ ਪਾਇਲੋਨਾਈਡਲ ਸਾਈਨਸ ਦੀ ਪ੍ਰੋਬਲਮ ਸੀਗੀ ਤਾਂ ਆਪਾਂ ਪਹਿਲਾਂ ਜਿੱਦਾਂ ਡਿਸਚਾਰਜ ਬਹੁਤ ਹੁੰਦਾ ਸੀਗਾ ਪੇਨ ਬਹੁਤ ਹੁੰਦੀ ਸੀ ਬੈਠਣ 'ਚ ਤਕਲੀਫ ਆਉਂਦੀ ਸੀਗੀ ਤਾਂ ਆਪਾਂ ਰਿਸਰਚ ਕੀਤੀ ਕਿ ਇਹ ਓਪਰੇਟ ਹੋਣਾ ਆ ਇੱਥੋਂ ਇਹ ਪਤਾ ਚੱਲਿਆ ਸਰਚ ਕਰਕੇ ਤਾਂ ਆਪਾਂ ਪਹਿਲਾਂ ਬਹੁਤ ਸਾਰੇ ਲੋਕਲ ਡਾਕਟਰਸ ਨੂੰ ਦਿਖਾਇਆ ਤਾਂ ਉਹਨਾਂ ਨੇ ਵੀ ਇਹੀ ਕਿਹਾ ਕਿ ਓਪਰੇਟ ਹੀ ਕਰਨਾ ਪੈਣਾ ਹੈ ਤਾਂ ਆਪਾਂ ਇੰਟਰਨੈਟ 'ਤੇ ਰਿਸਰਚ ਕੀਤੀ ਕਿ ਬੈਸਟ ਹੋਸਪਿਟਲ ਕਿਹੜਾ ਹੈ ਕਿ ਆਪਾਂ ਇੱਥੇ ਓਪਰੇਟ ਕਰਾ ਸਕੀਏ ਜੋ ਕਿ ਲੇਜ਼ਰ ਵਾਲਾ ਹੋਵੇ ਤਾਂ ਆਪਾਂ ਨੂੰ ਇਹ ਪਤਾ ਚੱਲਿਆ ਕਿ ਇਹ ਸਟਾਰ ਹੋਸਪਿਟਲ ਜੋ ਕਿ ਜਲੰਧਰ 'ਚ ਮਾਡਲ ਟਾਊਨ 'ਚ ਮੌਜੂਦ ਹੈ ਉੱਥੇ ਆਏ ਆਪਾਂ ਤਾਂ ਉਹਨਾਂ ਨੇ ਚੈੱਕਅਪ ਕੀਤਾ ਚੈੱਕਅਪ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਇਹ ਈਜ਼ਲੀ ਹੋ ਸਕਦਾ ਆ ਬਿਨਾਂ ਕਿਸੇ ਦਰਦ ਤੋਂ ਤਾਂ ਜਿਹੜਾ ਓਪਰੇਟ ਹੋਇਆ ਉਸ ਟਾਈਮ ਵੀ ਪਤਾ ਨਹੀਂ ਚੱਲਿਆ ਕਿ ਕਿੱਦਾਂ ਹੋ ਰਿਹਾ ਕਿੱਦਾਂ ਨਹੀਂ ਤਾਂ ਜਿੱਦਾਂ ਹੁਣ ਓਪਰੇਟ ਹੋ ਚੁੱਕਾ ਹੈ ਤਾਂ ਬਿਲਕੁਲ ਓਕੇ ਆ ਅਤੇ ਸਟਾਫ ਬਹੁਤ ਵਧੀਆ ਸੀ ਜਿਹੜੀ ਲੇਜ਼ਰ ਵਾਲੀ ਸਰਜਰੀ ਹੋਈ ਆ ਉਹਦੇ ਵਿੱਚ ਕੋਈ ਟਾਂਕਾ ਨਹੀਂ ਕੋਈ ਪੇਨ ਨਹੀਂ ਆਰਾਮ ਨਾਲ ਇੱਦੀ ਹੋ ਜਾਂਦਾ ਜਿਸ ਦਿਨ ਮੇਰਾ ਓਪਰੇਸ਼ਨ ਹੋਇਆ ਸੀ ਉਸੇ ਦਿਨ ਸ਼ਾਮ ਨੂੰ ਮੈਂ ਠੀਕ ਹੋ ਗਿਆ ਸੀ ਬਿਲਕੁਲ ਅਤੇ ਖਾਣ ਪੀਣ ਲੱਗ ਗਿਆ ਸੀ ਜੇ ਕਿਸੇ ਨੂੰ ਵੀ ਇਹ ਪ੍ਰੋਬਲਮ ਹੈ ਤਾਂ ਮੈਂ ਰਿਕਮੈਂਡ ਕਰੂੰਗਾ ਕਿ ਸਟਾਰ ਹੋਸਪਿਟਲ ਤੋਂ ਵੀ ਕਰਵਾਉਣ ਜੋ ਕਿ ਲੇਜ਼ਰ ਵਾਲੀ ਹੋਵੇ ਤਾਂ ਉਹਨਾਂ ਵੀ ਬਿਨਾਂ ਕਿਸੇ ਪ੍ਰੋਬਲਮ ਤੋਂ ਪਹੁੰਚ ਵੀ ਠੀਕ ਅਤੇ ਡਾਕਟਰਸ ਵੀ ਬਹੁਤ ਐਕਸਪਰਟ ਹੈ ਇੱਥੇ